ਵਿੱਚ ਵੀ ਜ਼ਿਕਰ ਕਰਦੇ ਹਾਂ ਸਿੱਧੂ ਮੂਸੇ ਵਾਲੇ ਦਾ ਕੀ ਕੈਂਡਲ ਮਾਰਚ ਨੂੰ ਲੈ ਕੇ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ। ਕੈਂਡਲ ਮਾਰਚ ਨੂੰ ਲੈ ਕੇ ਮੈਂ ਇਹੀ ਕਹਿਣਾ ਚਾਹੁੰਦਾ ਬਾਈ ਜੀ ਵੀ ਇੱਕ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ। ਉਹ ਬੁਲੰਦ ਆਵਾਜ਼ ਜਿਹੜੀ ਕਦੇ ਸਾਨੂੰ ਸ਼ਾਇਦ ਇਕੱਲੀ ਕੰਨਾਂ 'ਚ ਗੂੰਜਣ ਵਾਸਤੇ ਉਹਨਾਂ ਦੀ ਆਵਾਜ਼ ਮਿਲ ਸਕਦੀ ਹੈ। ਸਿੱਧੂ ਨੇ ਮੁੜ ਕੇ ਤਾਂ ਕੋਈ ਵੀ ਨਹੀਂ ਆਉਂਦਾ, ਪਰ ਅਸੀਂ ਇੱਕ ਇਨਸਾਫ਼ ਦੀ ਮੰਗ ਕਰਦੇ ਹਾਂ ਵੀ ਅੱਜ ਜਿਹੜਾ ਉਹਦੇ ਮਾਂ ਪਿਓ ਜੇ ਅੱਜ ਜਾਉਂਦੇ ਆ, ਕਿਸੇ ਜਦੋਂ ਵੀ ਕਿਸੇ ਮਾਪਿਆਂ ਦਾ ਕੋਈ ਗੱਭਰੂ ਪੁੱਤ ਮਰ ਜਾਂਦਾ ਉਹਨਾਂ ਦਾ ਜਾਉਣਾ ਬੜਾ ਔਖਾ ਹੁੰਦਾ, ਪਰ ਉਹ ਕੋ ਸਰੋਤਿਆਂ ਦਾ ਸਿੱਧੂ ਦੇ ਜਿੰਨੇ ਸਰੋਤੇ ਨੇ ਉਹਨਾਂ ਦੇ ਫੈਨ ਨੇ, ਉਹਨਾਂ ਕਰਕੇ ਜਿਉ ਰਹੇ ਨੇ। ਕੈਂਡਲ ਮਾਰਚ ਨੂੰ ਲੈ ਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਸਾਡਾ ਪ੍ਰਸ਼ਾਸਨ ਹੈ ਉਹਦੇ ਕਾਤਲਾਂ ਨੂੰ, ਜੋ ਦੇਖੋ ਤੁਸੀਂ, ਮੈਂ ਜ਼ਿਆਦਾ ਕੁਛ ਕਹਿਣਾ ਨਹੀਂ ਚਾਹੁੰਦਾ ਵੀ ਸ਼ਰੇਆਮ ਦੇਖੋ ਕਿੰਨੀ ਸਿਕਿਉਰਿਟੀ ਦੇ ਕੇ ਹੈ ਨਾ ਉਹ ਘੁੰਮ ਰਹੇ ਨੇ ਪੇਸ਼ੀਆਂ 'ਤੇ, ਕਿੱਡੀਆਂ ਕਿੱਡੀਆਂ ਸਿਕਿਉਰਟੀਆਂ ਲੈ ਕੇ ਉਹਨਾਂ ਨੂੰ ਕੀਤਾ ਜਾ ਰਿਹਾ, ਅਤੇ ਆਪਣਾ ਉਹ ਤੋਂ ਵਿਚਾਰੇ ਤੋਂ ਸਿਕਿਉਰਟੀ ਵਾਪਸ ਲੈ ਲਈ ਤਾਂ ਕਰਕੇ ਉਹਦੀ ਵਿਚਾਰੇ ਦੀ ਇਹ ਮੌਤ ਹੋ ਗਈ। ਮੈਂ ਕੈਂਡਲ ਮਾਰਚ ਨੂੰ ਲੈ ਕੇ ਇਹੀ ਕਹਿਣਾ ਚਾਹੁੰਦਾ ਕਿ ਵੀ ਜਿੰਨੇ ਵੀ ਮੇਰੇ ਪੰਜਾਬੀ ਬਾਹਰਲੇ ਦੇਸ਼ਾਂ ਵਾਲੇ ਸਿੱਧੂ ਨੂੰ ਪਿਆਰ ਕਰਦੇ ਨੇ, ਉਹਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਿੱਚ ਵੱਧ ਤੋਂ ਵੱਧ ਉਹਦੇ ਮਾਪਿਆਂ ਨਾਲ ਆ ਕੇ ਖੜੋ। ਉਹਨੂੰ ਬਹੁਤ ਜਲਦੀ ਮੇਰਾ ਗਾਣਾ ਰਿਲੀਜ਼ ਹੋਣ ਵਾਲਾ ਬਾਈ ਜੀ, ਉਹ ਮੈਂ ਚੰਦ ਲੈਣਾ ਤੁਹਾਨੂੰ ਸੁਣਾ ਵੀ ਦਿੰਦਾ। ਉਹਦੀ ਮਾਂ ਦਾ ਦੁੱਖ, ਉਹਦੇ ਪਿਓ ਦਾ ਦੁੱਖ, ਅਤੇ ਥੋੜ੍ਹੇ ਸਮੇਂ ਬਾਅਦ ਉਹਦੀ ਮੈਰਿਜ ਵੀ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਉਹ ਮੈਂ ਤੁਹਾਡੇ ਰੂਬਰੂ ਕਰਨ ਲੱਗਿਆ। ਚੱਲ ਹੋ ਕਿੱਡਾ ਮਾਰਿਆ ਏ ਲੋੜਾ ਉਸ ਰੱਬ ਨੇ, ਮਾਪੇ ਮਾਰ ਹੀ ਮੁਕਾ ਤੇ ਸਿੱਧੂਆ। ਉਹ ਕਿੱਡਾ ਮਾਰਿਆ ਏ ਲੋੜਾ ਉਸ ਰੱਬ ਨੇ, ਮਾਪੇ ਮਾਰ ਹੀ ਮੁਕਾ ਤੇ ਸਿੱਧੂਆ। ਹੁੰਦਾ ਚੱਲ ਨੀ ਵਿਛੋੜਾ ਤੇਰੇ ਜਾਣਦਾ, ਤੂੰ ਸਾਰੇ ਲੋਕ ਹੀ ਰਵਾ ਤੇ ਸਿੱਧੂਆ। ਹੁੰਦਾ ਚੱਲ ਨੀ ਵਿਛੋੜਾ ਤੇਰੇ ਜਾਣਦਾ, ਤੂੰ ਸਾਰੇ ਲੋਕ ਹੀ ਰਵਾ ਤੇ ਸਿੱਧੂਆ। ਜਿਹਨੂੰ ਛੱਡ ਗਿਆ ਇਕੱਲੀ ਰੋ ਰੋ ਹੋਈ ਜਾਂਦੀ ਚੱਲੀ, ਜਿਹਨੂੰ ਛੱਡ ਗਿਆ ਇਕੱਲੀ ਰੋ ਰੋ ਹੋਈ ਜਾਂਦੀ ਚੱਲੀ। ਤੇਰੀ ਮੌਤ ਮੂਹਰੇ ਅਮੜੀ ਦੀ ਪੇਸ਼ ਨਾ ਕੋਈ ਚੱਲੀ, ਉਹ ਤੇਰਾ ਬਾਪੂ ਕਿਵੇਂ ਦਰਦ ਸਹਾਰਦਾ, ਜੇ ਤੂੰ ਵੇਖ ਲਵੇਂ ਆ ਕੇ ਸਿੱਧੂਆ। ਹੁੰਦਾ ਚੱਲ ਨੀ ਵਿਛੋੜਾ ਤੇਰੇ ਜਾਣਦਾ, ਤੂੰ ਸਾਰੇ ਲੋਕ ਹੀ ਰਵਾ ਤੇ ਸਿੱਧੂਆ। ਹੁੰਦਾ ਚੱਲ ਨੀ ਵਿਛੋੜਾ ਤੇਰੇ ਜਾਣਦਾ, ਤੂੰ ਸਾਰੇ ਲੋਕ ਹੀ ਰਵਾ ਤੇ ਸਿੱਧੂਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।